ਜੀਓਵਾਲਾ ਪਿੰਡ ਵਿੱਚ ਹੋਏ ਏਐਸਆਈ ਦੀ ਮੌਤ ਦੇ ਮਾਮਲੇ 'ਚ ਕਿਸਾਨ ਆਗੂਆਂ ਦੇ ਖਿਲਾਫ ਦਰਜ ਕੇਸ ਨੂੰ ਰੱਦ ਕਰਨ ਲਈ ਅਤੇ ਹੋਰ ਪੁਲਿਸ ਕੇਸਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਆਈਜੀ ਸੀਮਾ ਰੇਂਜ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਰਾਸਤੇ ਵਿੱਚ ਪੁਲਿਸ ਵੱਲੋਂ ਰੋਕੇ ਜਾਣ ਤੇ ਕਿਸਾਨ ਸੰਗਠਨਾਂ ਦੇ ਅਲੱਗ ਅਲੱਗ ਥਾਵਾਂ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਇਸ ਮੌਕੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸ਼ਾਂਤੀ ਨਾਲ ਆਈਜੀ ਬਾਰਡਰ ਰੇਂਜ ਦਫ਼ਤਰ ਦਾ ਘਿਰਾਓ ਕਰਨਾ ਚਾਹੁੰਦੇ ਸਨ, ਪਰ ਉਹਨਾਂ ਨੂੰ ਪੁਲਿਸ ਦੁਆਰਾ ਸ਼ਹਿਰ 'ਚ ਲਗਾਏ ਵੱਖ ਵੱਖ ਨਾਕਿਆਂ ਦੌਰਾਨ ਰੋਕ ਲਿਆ ਗਿਆ। ਹਰਿਮੰਦਰ ਸਾਹਿਬ ਦੇ ਰਸਤੇ 'ਚ ਧਰਨਾ ਦੇ ਰਹੇ ਕਿਸਾਨ ਆਗੂ ਸਰਵਣ ਸਿੰਘ ਭੰਦੇਰ ਨੇ ਕਿਹਾ ਹੈ ਕਿ ਉਹ ਆਪਣੀ ਇੱਛਾ ਨਾਲ ਗ੍ਰਿਫਤਾਰੀ ਨਹੀਂ ਦੇਣਗੇ, ਜੇਕਰ ਪੁਲਿਸ ਉਹਨਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਉਹ ਕਰ ਲਵੇ। ਸਤਾਰਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅਤੇ ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀ ਆਈ ਜੀ ਬਾਰਡਰ ਜ਼ੋਨ 'ਤੇ ਪੁਰ ਅਮਨ ਤਰੀਕੇ ਨਾਲ ਇੱਕ ਦਿਨ ਦਾ ਧਰਨਾ ਲਾਉਣਾ ਸੀ। ਸਾਡੀਆਂ ਮੰਗਾਂ ਕੀ ਆ? ਸਾਡੀਆਂ ਮੰਗਾਂ ਵੀ ਜਿਹੜਾ ਜੀਓਵਾਲਾ ਕਾਂਡ ਵਾਲਾ ਹੋਇਆ ਵਾ ਉਹਦੇ ਵਿੱਚ ਜਿਹੜੀ ਕੁਲਵੀਰ ਸਿੰਘ ਏ ਐੱਸ ਆਈ ਦੀ ਦਿਲ ਦੇ ਦੌਰੇ ਨਾਲ ਮੌਤ ਹੋਈ ਆ, ਉਹਦੀ ਜੁਡੀਸ਼ੀਅਲ ਇਨਕੁਆਇਰੀ ਵੀ ਹਾਈ ਕੋਰਟ ਦਾ ਜਿਹੜਾ ਸੀਟਿੰਗ ਜੱਜ ਆ ਉਹਦੇ ਕੋਲੋਂ ਕਰਵਾ ਲਈ ਜਾਵੇ, ਅਸੀਂ ਤਿਆਰ ਹਾਂ ਉਹਦੇ, ਸਰਕਾਰ ਐਲਾਨ ਕਰੇ, ਸਾਡੀ ਪਹਿਲੀ ਮੰਗ। ਦੂਜੀ, ਸਾਡਾ ਸੂਬੇ ਦਾ ਜਨਰਲ ਸਕੱਤਰ ਸੁਰਿੰਦਰ ਸਿੰਘ ਚਤਾਲਾ ਜਿਹਨੂੰ ਗ੍ਰਿਫਤਾਰ ਕੀਤਾ ਵਾ ਉਹਨੂੰ ਰਿਹਾ ਕੀਤਾ ਜਾਵੇ, ਉਹ ਕੇਸ 'ਚ ਹੀ ਨਹੀਂ ਹੈਗਾ। ਉਹ ਕਹਿੰਦੇ ਉਹਦਾ ਪ੍ਰੋਸੈਸ ਚੱਲ ਗਿਆ ਪਰ ਅਜੇ ਤੱਕ ਨਹੀਂ ਛੱਡਿਆ। ਸਾਡੀ ਲਗਾਤਾਰ 2 ਵਾਰ ਸੀਐਮ ਸਾਹਿਬ ਨਾਲ ਮੀਟਿੰਗ ਚੱਲੀ, ਥਰਡੀ ਅਫਸਰ ਸਿੰਘ ਨਾਲ ਬਿਲਕੁਲ ਫੇਲ, ਸਾਡੀ ਕੋਈ ਮੰਗ ਨਹੀਂ ਮੰਗੀ ਗਈ। ਤੀਜੀ ਸਾਡੀ ਮੰਗ ਆ ਵੀ ਸਾਡੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਜਿਹੜੇ ਸਾਡੇ ਲੋਕਲ ਮਸਲੇ ਪੁਲਿਸ ਨਾਲ ਉਹ ਹੱਲ ਕੀਤੇ ਜਾਣ, ਇਹ ਛੁੱਟੀਆਂ। ਚੌਥੀ ਸਾਡੀ ਵੀ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।